करतारपुर साहिब दे दर्शन कर वापस परते राजा वड़िंग ने नवजोत सिंह सिद्धू नूं वधाई दित्ती है। राजा वड़िंग ने कहा कि इमरान खान दे वल्लों लांघे खुलन दा क्रेडिट नवजोत सिंह सिद्धू नूं दित्ता गया ते इस दे लई ओ नवजोत सिंह सिद्धू नूं वधाई दिंदे ने। इस दे नाल ही उन्हां पाकिस्तान सरकार दे वल्लों कीते प्रबंधां दी तारीफ भी कीती है। करतारपुर साहिब दे दर्शन करके आयो, किहो जिहा अज लग्गिया कि पाकिस्तान विखे जाके? मैनूं लगदा कि इस तों वड्डी खुशी कदे नहीं मिल सकदी जिंदगी दे विच। एड्डा महत्वपूर्ण दिन सी, बड़े चंगे इंतजामात सन, लोगां ने बड़ा प्यार दित्ता, इवन पाकिस्तान दे लोगां ने, भाईचारे ने, पुलिस तों लैके जिहड़े उत्थे आम सेवादार सन उन्हां तों इन्ना निघा मोह मिलिया, निघा स्वागत मिलिया, इंज लग्गिया कि असीं आपदे ਆਪਦੇ ਘਰ ਹੀ ਗਏ। ਇੰਝ ਲੱਗੇ ਇਮਰਾਨ ਖਾਨ ਵੱਲੋਂ ਕਿਹੋ ਜਿਹਾ ਸਵਾਗਤ ਦਿੱਤਾ? ਬਹੁਤ ਪਿਆਰ ਦਿੱਤਾ। ਇਮਰਾਨ ਖਾਨ ਸਾਹਿਬ ਨੇ ਉੱਥੇ ਖੁਦ ਆਏ, ਉਹਨਾਂ ਨੇ ਉੱਥੇ ਇਨਾਗੁਰੇਸ਼ਨ ਕੀਤੀ, ਭਾਸ਼ਣ ਦਿੱਤਾ। ਉਹਨਾਂ ਨੇ ਕਿਹਾ ਕਿ ਮੈਂ ਪਿਆਰ ਦਾ ਪੈਗਾਮ ਦੇਣਾ ਚਾਹੁੰਦਾ ਹਾਂ। ਹਾਂ, ਉਹਨਾਂ ਦੇ ਐਕਸਟਰਨਲ ਅਫੇਅਰ ਮਿਨਿਸਟਰ ਨੇ ਕੀਤੀ ਕਿ ਅਸੀਂ ਸ਼ੁਕਰਾਨਾ ਕਰਾਂਗੇ, ਸਾਨੂੰ ਵੀ ਸ਼ੁਕਰਾਨਾ ਕਰਨ ਦਾ ਟਾਈਮ ਦਿੱਤਾ ਜਾਵੇ ਬਾਜਵਾ ਸਾਹਿਬ। ਮੈਂ ਸਮਝਦਾ ਕਿ ਚੰਗੀ ਗੱਲ ਹੈ, ਅੱਜ ਬਹੁਤ ਚੰਗਾ ਕਦਮ ਹੋਇਆ ਔਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ, ਪ੍ਰੈਜ਼ੀਡੈਂਟ ਨੇ ਇਹ ਗੱਲ ਕਹੀ ਕਿ ਇਹ ਸਾਰਾ ਸਿਰੇ ਨਵਜੋਤ ਸਿੰਘ ਸਿੱਧੂ ਨੂੰ ਜਾਂਦਾ। ਮੈਂ ਵਧਾਈ ਦੇਣਾ ਚਾਹੁੰਦਾ ਨਵਜੋਤ ਸਿੰਘ ਸਿੱਧੂ ਨੂੰ ਵੀ ਇਸ ਗੱਲ। ਤੁਹਾਨੂੰ ਦੱਸ ਦਈਏ ਕਿ ਅੱਜ ਪੀਐਮ ਨਰਿੰਦਰ ਮੋਦੀ ਦੇ ਵੱਲੋਂ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰਨ ਦੇ ਬਾਅਦ ਪਹਿਲਾ ਜੱਥਾ ਪਾਕਿਸਤਾਨ ਦੇ ਲਈ ਰਵਾਨਾ ਹੋਇਆ ਸੀ, ਜਿਸ ਦੇ ਬਾਅਦ ਪਾਕਿਸਤਾਨ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਵਾਪਸ ਪਰਤੇ ਰਾਜਾ ਵੜਿੰਗ ਨੇ ਨਵਜੋਤ ਸਿੰਘ ਸਿੱਧੂ ਨੂੰ ਵਧਾਈ ਦਿੱਤੀ ਹੈ। ਡੇਰਾ ਬਾਬਾ ਨਾਨਕ ਤੋਂ ਰਵਿੰਦਰ ਮੀਤ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ।